फोरमैन नाल। हाँ जी भाई जी, राम राम। भाई राम राम जी। जी, इस गरारी बारे नुक्ता दसो सानू। ਬਾਈ ਜੀ, ਜਿਹੜੇ ਤੁਹਾਨੂੰ ਪਹਿਲਾਂ ਅਗਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਵੀ ਇਹ ਉਲਟਾ ਸਿਸਟਮ, ਹਾਂ ਜੀ, ਉਲਟਾ ਸਿਸਟਮ ਚੱਲ ਰਿਹਾ। ਜਿਵੇਂ ਆਪਾਂ ਰੇਲ ਦੀ ਉਹ ਆਪਾਂ 13 ਤੋਂ 14 ਤੋਂ 13 ਕਰਾਂਗੇ, ਉਹਦੇ ਨਾਲ ਚੱਕਰ ਉਹਦੇ ਵੱਧ ਜਾਣੇ ਨੇ। ਜੇ ਜੇ ਇਹਦੇ ਤੋਂ ਆਪਾਂ 14 ਤੋਂ ਆਪਾਂ ਇਹਦੇ 13 ਕਰਾਂਗੇ, ਔਰ ਇਹਦੇ ਨਾਲ ਚੱਕਰ ਇਹਦੇ ਘੱਟ ਜਾਣੇ ਨੇ। ਅਸੈਂਬਲੀ ਦੇ ਜਿਵੇਂ ਹੋ ਗਏ, ਅਸੈਂਬਲੀ ਦੇ ਅਸੈਂਬਲੀ ਦੇ ਸਾਰੀ ਅਸੈਂਬਲੀ ਦੇ ਚੱਕਰ ਇਹਦੇ ਨਾਲ ਡਾਊਨ ਹੋ ਜਾਣੇ ਨੇ। ਔਰ ਜੇ ਆਪਾਂ ਇੱਥੇ ਪਾਵਾਂਗੇ 15 ਦੀ ਹਾਂਜੀ ਜਾਂ 16 ਦੀ, ਤਾਂ ਉਹਦੇ ਨਾਲ ਚੱਕਰ ਵੱਧ ਜਾਣੇ ਨੇ ਅਸੈਂਬਲੀ ਦੇ। ਠੀਕ ਹੈ। ਸੋ ਕਈ ਬਾਈ ਮੈਨੂੰ ਕਹਿ ਰਹੇ ਸੀ, ਕਹਿੰਦਾ ਯਾਰ, ਕਹਿੰਦਾ ਛੋਟੀ ਪਾਈਏ, ਕਹਿੰਦਾ ਯਾਰ ਚੱਕਰ ਫੁੱਲ ਹੋ ਗਏ ਨੇ। ਚੱਕਰ ਬਾਈ ਜੀ ਫੁੱਲ ਨਹੀਂ ਹੁੰਦੇ, ਕਿਉਂਕਿ ਅਸੈਂਬਲੀ ਦੇ ਉੱਤੋਂ ਆ ਰਹੇ ਨੇ ਘੁੰਮਦੇ ਆ, ਔਰ ਇਹਨੇ ਸਿਰਫ ਅਸੈਂਬਲੀ ਦੇ ਚੱਕਰ ਵਧਾਣੇ ਨੇ। ਵੀ ਕਹਿਣ ਦਾ ਮਤਲਬ ਛੋਟੀ ਪਾਨ ਨਾਲ ਚੱਕਰ ਘੱਟ ਜਾਂਦੇ ਨੇ ਤੇ ਵੱਡੀ ਪਾਨ ਨਾਲ ਵੱਧ ਜਾਂਦੇ ਨੇ। ਹਾਂਜੀ ਠੀਕ ਹੈ ਜੀ। ਤੇ ਜੇ ਬਾਈ ਕੋਈ ਹੋ, ਜੇ ਕੋਈ ਕਿਹਦੇ ਮਨ ਦੇ ਵਿੱਚ ਹੋਰ ਵੀ ਕੋਈ ਵਿਚਾਰ ਹੈ ਵੀ ਮੰਨ ਲੈ ਛੋਟੀ ਪਾਨ ਨਾਲ ਘੱਟ ਜਾਂਦੇ ਨੇ, ਤਾਂ ਬਾਈ ਜੀ ਮੈਨੂੰ ਦੱਸੋ ਫੋਰਮੈਨ ਕਿਹੜੇ ਕਿਹੜੇ ਹੈਗੇ ਨੇ, ਤੇ ਉਹ ਮੈਨੂੰ ਕਮੈਂਟ 'ਚ ਦੱਸੋ ਵੀ ਘਟਣਗੇ ਕਿ ਵਧਣਗੇ। ਸਾਰੇ ਬਾਈਆਂ ਦਾ ਧੰਨਵਾਦ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਬੰਦੇ ਜਿੰਨੇ ਬਾਈ ਦੇਖਦੇ ਨੇ, ਔਰ ਨਵੇਂ ਨਵੇਂ ਜੁਗਾੜ ਵੀਡੀਓ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਂਦੇ ਰਹਿੰਦੇ, ਹਰ ਇੱਕ ਮਸ਼ੀਨ 'ਤੇ ਜਾਂਦੇ ਹਾਂ। ਸੋ ਬਾਈ ਜੀ, ਕਈ ਵਾਰੀ ਕੋਈ ਜੇ ਸਾਨੂੰ ਕੋਈ ਨਾ ਕਿਹਦੇ ਬਾਰੇ ਨਾ ਨੌਲੇਜ ਹੋਏਗੀ ਤਾਂ ਆਪਣੀ ਕਮੈਂਟ 'ਚ ਰਹਿ ਦੱਸਿਆ ਕਰੋ, ਸਾਨੂੰ ਪਤਾ ਲੱਗੇ ਬਾਈ ਜੀ ਵੀ ਹਾਂ ਠੀਕ ਹੈ ਉਹ ਬਾਈ ਨੇ ਗੱਲ ਸਹੀ ਕਹੀ ਹੈ। ਅਤੇ ਆਪਣੇ ਚੈਨਲ ਨੂੰ ਸਾਰੇ ਬਾਈ ਸਬਸਕ੍ਰਾਈਬ ਕਰਿਆ ਕਰੋ, ਔਰ ਗੁਣ ਚੋਦੂ ਨਾਲ ਬਣਿਆ ਕਰੋ ਬਾਈ ਜੀ। ਜਿਹੜਾ ਗੁਣ ਐਵੇਂ ਬੰਦਾ ਕੰਮ ਕਰੇ, ਇੱਕ ਬੰਦੇ ਨੂੰ ਦਿਲ ਨਾਲ ਕੰਮ ਕਰਨ ਨੂੰ ਪੁੱਛਣ ਨੂੰ, ਔਰ ਇੱਕ ਬੰਦੇ ਨੂੰ ਦੂਸਰਾ, ਤਾਂ ਬੰਦਾ ਬਾਈ ਜੀ ਜਿਹੜਾ ਇਹ ਦਿਲ ਨਾਲ ਕੰਮ ਕਰਦਾ ਉਹਦਾ ਹੀ ਕੰਮ ਸਫਲ ਹੁੰਦਾ। ਜੇ ਸੋਚੇ ਬੰਦਾ ਵੀ ਗੁਣ ਲੈ ਲਾ ਯਾਰ ਮਾਰ ਢੋਈ ਕੀ ਗੱਲ, ਪਰਮਾਤਮਾ ਦੇਖ ਰਿਹਾ ਬਾਈ ਜੀ। ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰਿਆ ਕਰੋ, ਗੁਣ ਚੋਦੂ ਨਾਲ ਬਣਿਆ ਕਰੋ। ਧੰਨਵਾਦ ਸਾਰੇ ਬਾਈਆਂ।